बिस्मिल्लाहिर्रहमानिर्रहीम अस्सलामुअलैकुम मेरे भैन भ्रावां दा वीरां दा की हाल है तुहाडा ठीक उम्मीद करना ठीक होवोगे अल्लाह पाक खुश आबाद रखे अपने घरां च हसदे वसदे रहो मेरे वास्ते भी मैनू भी दुआ याद रखियो वीडियो शुरू करन तो पहले मेरी यही रिक्वेस्ट है तुहाडे भैन भ्रावां अगे कि मेरे चैनल नू सबसक्राइब करो जे नवे आंदे ने और जिन्हां ने कीता होया उन्हां दा बहुत शुक्रिया मेहरबानी और वीडियो लाइक भी कर दिओ अल्लाह पाक खुश रखे अज दी मेरी की रूटीन रही है ਉਹ ਸ਼ੇਅਰ ਕਰਨਾ ਤੇ ਜ਼ਰੂਰ ਦੇਖਿਓ ਪੂਰਾ ਵਾਚ ਕਰਿਓ ਹਾਂਜੀ ਅੱਜ ਕਿੱਦਾਂ ਤਿਆਰੀਆਂ ਹੋ ਰਹੀਆਂ ਨੇ ਹਰਮ ਦੀਆਂ ਹਾਂ ਹਰਮ ਫਾਤਮਾ ਕਿੱਥੇ ਚੱਲੀਆਂ ਕੱਪੜੇ ਪਾ ਲਓ ਉਹ ਹਰਮ ਫਾਤਮਾ ਦੇਖੋ ਫਰਾਕ ਪਹਿਨੀ ਮਾਸ਼ਾਅੱਲਾ ਮਾਸ਼ਾਅੱਲਾ ਉਹ ਨੋਜ਼ੀ ਵੀ ਸਾਫ਼ ਕਰੋ ਹਾਏ 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 ਨੋਜ਼ੀ ਵੀ ਸਾਫ਼ ਕਰੋ ਤੇ ਕਿੱਦਾਂ ਤਿਆਰੀਆਂ ਹੋ ਰਹੀਆਂ ਜੀ ਅੱਜ ਹੋ ਰਹੀਆਂ ਨੇ ਗਫਰਾਨ ਹਰਮ ਗਫਰਾਨ ਵੀ ਔਰ ਹਰਮ ਫਾਤਮਾ ਵੀ ਔਰ ਅਨੜੇ ਮਾਮਾ ਜਾ ਰਹੇ ਸਿਆਲਕੋਟ ਆਪਣੇ ਆਂਟੀ ਕੋਲ ਆਂਟੀ ਕੋਲ ਚੱਲਿਓ ਹਾਂ ਕਿਹੜੀ ਆਂਟੀ ਉੱਥੇ ਉੱਥੇ ਰਹਿੰਦੇ ਨੇ ਜੀ ਨਾ ਖਾਲੂ ਸਾਹਿਬ ਦੇ ਖਾਲਾਂ ਉੱਥੇ ਰਹਿੰਦੀਆਂ ਨੇ ਸਿਆਲਕੋਟ ਅਤੇ ਇਹਨਾਂ ਨੂੰ ਫੋਨ ਆਉਣ ਡਿਆ ਕਿੰਨੇ ਦਿਨਾਂ ਲੈ ਕੇ ਆਓ ਅਤੇ ਅੱਛਾ ਗਫਰਾਨ ਕਿਹੜੇ ਪਾਉਣੇ ਨੇ ਐ ਵਾਲੇ ਗਫਰਾਨ ਰਹਿਣ ਦੇ ਹਾਂਜੀ ਗਫਰਾਨ ਦੇ ਕੱਪੜੇ ਰਹਿਣ ਦੇ ਹੋ ਗਫਰਾਨ ਠੰਡ ਲੱਗੀ ਪੁੱਤਰ ਠੰਡ ਲੱਗਦੀ ਪਈ ਆ ਹਾਏ ਕੰਮ ਦੀ ਪਈ ਆ ਮੇਰੀ ਹਰਮ ਠੰਡ ਲੱਗਦੀ ਪਈ ਆ ਕਿੰਨੇ ਦਿਨ ਰਹਿਣਾ ਉੱਥੇ ਜਾਣਾ ਬੈਗ ਲੈ ਲੈ ਅੱਛਾ ਹੁਣ ਦਾ ਬਣਾਇਆ ਕੋਈ ਚਲੋ ਠੀਕ ਹੈ ਕਰੋ ਪੈਕ ਪੂਕ ਜੋ ਕਰਨਾ ਫਿਰ ਟਾਈਮ ਵੀ ਕਾਫੀ ਹੋਣ ਡਿਆ ਤੁਹਾਨੂੰ ਬਿਠਾਉਣਾ ਵੀ ਆ ਉੱਥੋਂ ਬਿਠਾਉਣਾ ਨੂਗੜੋ ਕੋਈ ਟਿਓਟਾ ਪਿੰਡੀ ਵਾਲਾ ਟਾਈਮ ਦੇਖਣਾ ਕੋਈ ਆਇਆ ਟਿਓਟਾ ਕੋਈ ਆਉਣਾ ਸਿਆਲਕੋਟ ਵਾਲਾ ਗਫਰਾਨ ਪਰਫਿਊਮ ਲਾਉਂਦਾ ਪਿਆ ਹਾਏ ਹਾਏ ਹਾਂ ਜੋ ਲਾ ਦੇ ਨਾ ਬਸ ਕਰ ਹੁਣ ਬਸ ਕਰ ਨਾ ਬਹੁਤੀ ਲਾ ਵਾ ਚੁੱਪ 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 ਧੁੱਪੇ ਖਿਲਾ ਰਿਹਾ ਜੀ ਇਹਨਾਂ ਨੂੰ ਦੋਵਾਂ ਨੂੰ ਇਹਨਾਂ ਨੂੰ ਲੱਗਦੀ ਵੀ ਠੰਡ ਮੂੰਹ ਹੱਥ ਧੋਤੇ ਨਾ ਸਿਰਫ ਮੂੰਹ ਹੱਥ ਧੋ ਕੇ ਇਹਨਾਂ ਨੂੰ ਹਾਂਜੀ ਚੁੱਪ ਚੁੱਪ ਸਹੀ ਹੈ ਸਹੀ ਹੈ ਸੂਟ ਹਾਂ ਗਫਰਾਨ ਦਾ ਨਵਾਂ ਸੂਟ ਸਵਾਇਆ ਸੀ ਇਹ ਦੇਖੋ ਇਹ ਚਿੱਟੀ ਸਲਵਾਰ ਸਫੇਦ ਸਲਵਾਰ ਔਰ ਇਹ ਸੂਟ ਇਹ ਕਮੀਜ਼ ਨਾਲ ਹੈ ਸਗੋਂ ਸਿੱਤਰਾ ਸਹੀ ਹੈ ਨਹੀਂ ਗਫਰਾਨ ਰੈਡੀਮੇਡ ਨਾਲੋਂ ਰੈਡੀਮੇਡ ਨਹੀਂ ਸਹੀ ਅੱਛਾ ਲੱਗਦਾ ਤੁਹਾਨੂੰ ਕਿੱਧਰ ਜਾਣਾ ਸਿਆਲਕੋਟ ਕਿੱਧਰ ਜਾਣਾ ਉੱਧਰ ਨੂੰ ਕਰੋ ਸਿਆਲਕੋਟ ਠੀਕ ਰੋਈ ਜਾ ਰਹੀ ਹੈ ਰੋਈ ਜਾ ਰਹੀ ਹੈ ਹਰਮ ਇਹ ਹਰਮ ਕੀ ਗੱਲ ਹੈ ਹਰਮ ਧੁੱਪ ਖੜੋ ਠੀਕ ਨਹੀਂ ਹੈ ਠੀਕ ਹੀ ਮੈਂ ਆਪਣੇ ਵੱਲੋਂ ਲਿਆਂਦੀ ਆ ਵੀ ਦੇਖੋ ਹੁਣ ਕੀ ਇਹ ਹੁਣ ਲਿਆਂਦੇ ਨਵੀਂ ਕੋਈ ਹਾਂਜੀ ਇਹ ਤਾਂ ਨਵੀਂ ਲਿਆਂਦੀ ਅੱਛਾ ਉਹਦੇ ਪਿੱਛੇ ਦੇਖ ਲਿਆਂਦੀ ਆ ਹੁਣ ਵੀਡੀਓ ਬਣਾਈ ਸੀ ਵੀਡੀਓ ਵੀ ਬਣਾਈ ਸੀ ਦੱਸੀ ਤੇ ਉਹ ਮੈਂ ਕਿਹਾ ਚੱਲ ਹੁਣ ਪਾ ਕੇ ਤੇ ਚੈੱਕ ਤੇ ਕਰਾਂ ਮੈਂ ਚਲੋ ਠੀਕ ਹੈ ਚਲੋ ਪਾ ਲਾ ਜੇ ਪੈਂਦੀ ਹੈ ਵੇਖ ਲਾ ਨਾਲ ਹੋਰ ਵੀ ਲੈ ਲਾ ਠੀਕ ਉੱਥੇ ਹੋਣੀ ਆ ਆਸੇ ਦੀ ਹੋਣੀ ਆ ਕੋਈ ਪੇਜ ਠੀਕ ਹਾਂ ਭੈਣ ਭਰੀ ਮੈਨੂੰ ਲਿਆ ਦਿਓ ਫਿਰ ਕੋਈ ਤਿੰਨ ਚਾਰ ਮੈਂ ਹੁੰਦੀ ਹਾਂ ਤਾਂ ਲਾ ਲਾ ਨਾਲੇ ਦੇ ਦੇਣਾ ਨਾਲ ਟੰਬਲ ਲੈ ਤਿੰਨ ਚਾਰ ਚਾਰ ਲਿਆ ਦੇ ਪੰਜ ਫਿਰ ਆਹ ਚਾਰ ਪੰਜ ਲਿਆ ਦਿਓ ਹਾਂ ਚਾਰ ਪੰਜ ਲਿਆ ਦੋ ਠੀਕ ਇਹ ਕੀ ਹੈ ਬੰਦ ਬੰਦ ਕਰ ਲੈਣਾ ਜਾਂ ਪੈਂਪਰ ਰੱਖ ਕੇ ਬੰਦ ਕਰਨਾ ਮੈਂ ਕਿਹਾ ਚੈੱਕ ਚੁੱਕ ਕਰ ਲੈਣਾ ਅੱਛਾ ਫਿਰ ਚੈੱਕ ਚੁੱਕ ਕਰ ਲੈਣਾ ਫਿਰ ਫੁੱਟ ਦੇਣਾ ਦੇਣਾ ਦੱਸੇ ਲੈ ਦੇ
ਰਸਤੇ ਚ ਵੀ ਮੈਂ ਕੀ ਫੀਡਰ ਦੇਣਾ ਬੱਚੇ ਉਲਟੀਆਂ ਕਰਦੇ ਨੇ ਤੇ ਫਿਰ ਮੈਂ ਹਾਂ ਰਸਤੇ ਚ ਕੀ ਕਰਨਾ ਦੇ ਕੇ ਤੇ ਮੈਂ ਪਹਿਲੇ ਅੰਜੀ ਪਾੜ ਕੇ ਲਾਈ ਜਾਂਦੀ ਆ ਤੇ ਨਾਲ ਤੁਸੀਂ ਨਾ ਨਿੱਪਲ ਲਿਆ ਦੋ ਨਿੱਪਲ ਟੋੜਾ ਪੜਾ ਹੋਇਆ ਇਹ ਤਾਂ ਚੰਗੇ ਫੜੀ ਰੱਖੋ ਵਿੱਚ ਹੋਵੇ ਹਲੇ ਚੈੱਕ ਕਰ ਲੈਣੀ ਕੁਛ ਹੈ ਸਭ ਕੁਛ ਚੈੱਕ ਕਰ ਲਿਆ ਹੁਣ ਮੈਂ ਕੀ ਰੱਖਾਂ ਵਾ ਫੀਡਰ ਹੀ ਰੱਖਣੇ ਸੀ ਬੱਚਿਆਂ ਦੇ ਅੱਛਾ ਰੱਖ ਲੈਣਾ ਛਾਪਰ ਬੱਚੇ ਦਾ ਕੀ ਬਣਦਾ ਉਲਟੀ ਉਲਟੀ ਕਰ ਲੈਣਾ ਕਰ ਲੈਣਾ ਕਰਦੇ ਨਾ ਬੱਚੇ ਆ ਮੈਨੂੰ ਪਤਾ ਨਾ ਦੋਵੇਂ ਉਲਟੀਆਂ ਕਰਦੇ ਨਾ ਤੇ ਫਿਰ ਛਾਪਰ ਮੈਂ ਇਸ ਵਾਸਤੇ ਰੱਖ ਹਰਮ ਨੇ ਵੇਖ ਦੁੱਧ ਪੀ ਲਿਆ ਚਲੋ ਕਹਿੰਦੀ ਪਾਪਾ ਕੋਲ ਜਾਣਾ ਪਾਪਾ ਨਾਲ ਚੁੱਕ ਕੇ ਫੇਰ ਜਾ ਮੈਨੂੰ ਲੈ ਕੇ ਜਾਵੇ ਹੈ ਚਲੋ ਠੀਕ ਹੈ ਆਪਣਾ ਚਲਾ ਗਫਰਾਂ ਚਲੋ ਚਲੀਏ ਪਾਪਾ ਆ ਜਾਓ ਪਾਪਾ ਆ ਜਾਓ ਚਲੋ ਪਾਪਾ ਜੀ ਆ ਜਾਓ ਹਮ ਜਾ ਰਹੀ ਜਾ ਗਫਰਾਂ ਜਾ ਰਹਾ ਗਫਰਾਂ ਕਿੱਧਰ ਆਣਾ ਫਿਰ ਤੁਹਾਨੂੰ ਕਿੱਧਰ ਆਣਾ ਮੇਰੇ ਪਾਸ ਦਸ ਵਜੇ ਆਣਾ ਕੱਲ ਪਰਸੋਂ ਆਇਆ ਨਾ ਹਾਂ ਕਹਿੰਦੇ ਨਹੀਂ ਆਣਾ ਕੱਲ ਪਰਸੋਂ ਚਲੋ ਅਸੀਂ ਜਲਦੀ ਆ ਜਾਓ ਜਹਾਂ ਜਲਦੀ ਆਣਾ ਕੱਲ ਪਰਸੋਂ ਤੱਕ ਆ ਜਾਣਾ ਵਾਪਸ ਆਹੋ ਵੱਡੇ ਸਕੂਲ ਗਏ ਹਲੇ ਵੱਡੇ ਸਕੂਲ ਆਣਾ ਤੇ ਉਹਨਾਂ ਨੇ ਪੁੱਛਣਾ ਕਿੱਥੇ ਗਏ ਨੇ ਹਾਂਜੀ ਉਹਨਾਂ ਨੇ ਵੀ ਪੁੱਛਣਾ ਵੀ ਕਿੱਥੇ ਗਏ ਆ ਤੇ ਕੋਈ ਨਹੀਂ ਦੱਸ ਦਿਓ ਹੁਣ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਭਰਾ ਰਹੇ ਹੋ ਨਾ ਠੀਕ ਤਰੀਕੇ ਨਾਲ ਤੇ ਬੱਚਿਆਂ ਨੂੰ ਬਿਠਾਇਆ ਗੱਡੀ ਤੇ ਬਹਿ ਗਏ ਹਨ ਤੇ ਅੱਲਾ ਖਿਆਲ ਕਰੇ ਅੱਲਾ ਪਾਕ ਉਹਨਾਂ ਸਫ਼ਰ ਵਿੱਚ ਮਖੂਜ ਰੱਖੇ ਤੇ ਚਲੋ ਦੋ ਤਿੰਨ ਘੰਟੇ ਦੋ ਢਾਈ ਘੰਟੇ ਸਫ਼ਰ ਹੈਗਾ ਸਾਡਾ ਸਿਆਲਕੋਟ ਤੇ ਅੱਲਾ ਖਿਆਲ ਕਰੇ ਖਰੇ ਪਹੁੰਚ ਜਾਣਗੇ ਚਲ ਜਾਣ ਮੈਂ ਜਾਮਨ ਨੂੰ ਛੁੱਟੀ ਹੋਣ ਵਾਲੀ ਜਾਮਨ ਕਮੈਲ ਨੂੰ ਛੁੱਟੀ ਹੋਣ ਵਾਲੀ ਇਸ ਸਾਹਮਣੇ ਸਕੂਲ ਹੈਗਾ ਉਹਨਾਂ ਦਾ ਤੇ ਮੈਂ ਸੋਚਿਆ ਚਲੋ ਛੁੱਟੀ ਹੋਣ ਵਾਲੀ ਹੈ ਮੈਨੂੰ ਲੈ ਹੀ ਜਾਵਾਂ ਨਾਲ ਉਹਨਾਂ ਨਾਲ ਪਤਾ ਚੱਲ ਜਾਏਗਾ ਘਰ ਜਾ ਕੇ ਪਰੇਸ਼ਾਨ ਹੋਣਗੇ ਕੁੰਡੀਆਂ ਵੀ ਵੇਖ ਕੇ ਜਦੋਂ ਦਰਵਾਜ਼ਾ ਵੇਖਣਾ ਉਹਨਾਂ ਨੇ ਕਹਿਣਾ ਘਰ ਲੱਭਾ ਕੋਈ ਨਹੀਂ ਤੇ ਪਰੇਸ਼ਾਨ ਹੋਣਗੇ ਚਲੋ ਮੈਂ ਨਾਲ ਲੈ ਦਾਂ ਉਹਨਾਂ ਕੋਲ ਰੋਟੀ ਰੋਟੀ ਖਵਾ ਲਾਂਗਾ ਮੈਂ ਇਹ ਹੈ ਜੀ ਸਕੂਲ ਇਹ ਹੈਗਾ ਸਕੂਲ ਉਹਨਾਂ ਦਾ ਚਲੋ ਹੁੰਦੀ ਛੁੱਟੀ ਹੈਗਾ ਇੱਕ ਗੇਟ ਉਹ ਅੱਗੇ ਹੈਗਾ ਗੇਟ ਉਹਨਾਂ ਦਾ ਅੱਗੇ ਅਗਲੀ ਸਾਈਡ 'ਤੇ ਹੈਗਾ ਇੱਥੋਂ ਜੋ ਲੋਕਲ ਬੱਚੇ ਕਰਦੇ ਉਧਰੋਂ ਜੀ ਕਰਦੇ ਨੇ ਮਸਜਿਦਾਂ ਗੱਡੀਆਂ ਰਿਕਸ਼ਿਆਂ ਵਾਲੇ ਬੱਚੇ ਲਿਆਉਂਦੇ ਨੇ ਉਹ ਬੱਚਿਆਂ ਨੂੰ ਵੇਖਣੇ ਨਿਕਲ ਦੇ ਬੱਚਿਆਂ ਨਿਕਲ ਰਹੇ ਛੁੱਟੀ ਹੋ ਰਹੀ ਹੈ ਹਾਂਜੀ ਹਾਂਜੀ ਵਾਲਕੁਮ ਸਲਾਮ ਆ ਗਏ ਹੋ ਚਲੋ ਚਲੋ ਬੈਠੋ ਸਾਈਕਲ ਸੁਕਲ ਸਾਈਕਲ ਅੱਜ ਫਿਰ ਲਿਆਂਦਾ ਸੀ ਤੂੰ ਕਹਿੰਦਾ ਮੈਂ ਲਿਆਉਣਾ ਨਹੀਂ ਕਰਨਾ ਇਹ ਹੈ ਚਲੋ ਠੀਕ ਹੈ ਚਲੋ ਸ਼ਾਬਾ ਮੈਂ ਵੀ ਆਏ ਤੁਹਾਡੇ ਮਗਰ ਹੀ ਛੋਟੇ ਛੋਟੇ ਲਾ ਦੂੰ ਮੈਂ ਤੂੰ ਲਾ ਛੱਡ ਲਾ ਪਹਿਲਾਂ ਛੱਡ ਮੈਂ ਤੈਨੂੰ ਦੱਸਣਾ ਕਿੱਥੇ ਗਈ ਹੈ ਤੈਨੂੰ ਦੱਸਾਂ ਕਿੱਥੇ ਗਈ ਹੈ ਜਾਮਨ ਲਾ ਲਈ ਵਰਦੀ ਜਾਮਨ ਤੂੰ ਵੀ ਲਾ ਲਈ ਹੈ ਰੋਟੀ ਖਾਧੀ ਹੈ ਕੰਮ ਨਹੀਂ ਗਈ ਦੀ ਯਾਰ ਮਾਮਾ ਢੋਡੀ ਗਈ ਹੈ ਸਿਆਲਕੋਟ ਗਈ ਓ ਨਹੀਂ ਤੁਹਾਨੂੰ ਦੱਸਾਂ ਯਾਰ ਨੇ ਪਹਿਲੇ ਪ੍ਰੋਗਰਾਮ ਰਾਤੀ ਸਾਡਾ ਬਣਿਆ ਕਹਿੰਦੇ ਵੀ ਤੁਹਾਡੇ ਨਾਲ ਨਾਂ ਲੈਣ ਡੀ ਜਾਣਾ ਹੈ ਤੇ ਉਹ ਫਿਰ ਮੈਂ ਉਹਨੂੰ ਕਿਹਾ ਨਹੀਂ ਤੇ ਸਿਰੇ ਫਿਰ ਉਹਨੇ ਕਿਹਾ ਚਲੋ ਠੀਕ ਹੈ ਢੋਡੀ ਖਾ ਲਾ ਮਾਸੀ ਦਾ ਫੋਨ ਆਇਆ ਆਈ ਚੱਕਰ ਲਾਈ ਤੇ ਫਿਰ ਮੈਂ ਕਿਹਾ ਚੱਲ ਡਾ ਚੱਕਰ ਲਾਇਆ ਫਿਰ ਤੁਸੀਂ ਹੁਣ ਸਕੂਲ ਤੁਰ ਗਏ ਰਹੀ ਤੂੰ ਹੁਣ ਰੋ ਕੋਈ ਨੀ ਕੱਲ੍ਹ ਆ ਜਾਏਗੀ ਠੀਕ ਹੈ
ਠੀਕ ਹੈ। ਆ ਕੱਲ ਆ ਜੇ ਮੇਰਾ ਪੁੱਤ, ਤੁਸੀਂ ਪਰੇਸ਼ਾਨ ਨਹੀਂ ਹੋਣਾ, ਚੱਲ ਜਾ ਮੇਰਾ ਪੁੱਤ ਤੂੰ ਲਾ ਛੱਡ ਛੁੱਟ। ਠੀਕ ਹੈ ਸਮਾ, ਠੀਕ ਹੈ ਹਾਂ, ਠੀਕ ਹੈ। ਆਹੋ ਤੂੰ ਵੱਡਾ ਹੋਇਆ ਹੋਣਾ ਨੀ, ਆਹੋ ਗਫਰਾਨ ਹੋਣੇ ਨਾਲ ਗਏ ਰਹਿਣਾ।